ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਪੁਸ਼ਪਾ ਅਹੀਰਵਾਲ ਜੀ ਦਾ, ਭੋਪਾਲ ਮੱਧ ਪ੍ਰਦੇਸ਼ ਤੋਂ। ਇਹ ਲਿਖਦੇ ਹਨ, ਗੁਰਫਤਿਹ ਜੀ ਨਮਸਕਾਰ TV4, ਸਾਡੀ ਸੱਚੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਅੱਜ ਜਿਹੜਾ ਹਿੰਦੁਸਤਾਨ ਵਿੱਚ ਦਲਿਤਾਂ, ਆਦਿਵਾਸੀਆਂ ਤੇ ਹਿੰਦੂ ਧਰਮ ਦੇ ਨਾਮ ਤੇ ਤਸ਼ੱਦਦ ਹੋ ਰਿਹਾ ਹੈ, ਦਲਿਤਾਂ ਨੂੰ ਮਾਰਿਆ ਜਾ ਰਿਹਾ ਹੈ, ਕੀ ਹਿੰਦੂ ਧਰਮ ਨੂੰ ਛੱਡ ਕੇ ਇਹ ਸਭ ਇਹਨਾਂ ਤਸ਼ੱਦਦਾਂ ਤੋਂ ਛੁਟਕਾਰਾ ਪਾ ਸਕਦੇ ਹਨ? ਕੀ ਇਹਨਾਂ ਦੇ ਹਾਲਾਤਾਂ ਲਈ ਹਿੰਦੂਤਵੀ ਸਿਸਟਮ ਜ਼ਿੰਮੇਵਾਰ ਹੈ? ਜੀ ਡਾਕਟਰ ਸਾਹਿਬ। ਭੈਣ ਜੀ ਪੁਸ਼ਪਾ ਅਹੀਰਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਭੋਪਾਲ ਤੋਂ ਲਿਖਿਆ ਜੀ। ਉਹਨਾਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਜੋ ਵੀ ਉਹਨਾਂ ਦੀ ਗ੍ਰੀਟਿੰਗ ਹੈ ਜੀ, ਕਿਉਂਕਿ ਇਹਨਾਂ ਭੈਣ ਜੀ ਦਾ ਸੰਬੰਧ ਵੀ ਇਸ ਜਿਹੜੇ ਦੱਬਿਆ ਕੁਚਲਿਆ ਵਰਗ ਹੈ ਇਹਨਾਂ ਦੇ ਨਾਲ ਹੈ। ਇਹ ਖੁਦ ਵੀ ਇਸ ਬਾਰੇ ਬਹੁਤ ਚੇਤੰਨ ਨੇ ਔਰ ਉਹਨਾਂ ਦਾ ਸਵਾਲ ਸਿੱਧਾ ਹੈ ਕਿ ਵੀ ਹਿੰਦੂਤਵਾ ਦੇ ਥੱਲੇ ਇਹ ਵਿਚਾਰਧਾਰਾ ਜਿਸ ਨੇ ਜ਼ਾਤ ਪਾਤੀ ਸਿਸਟਮ ਬਣਾਇਆ ਉਹਨਾਂ ਦੀ ਰਿਪਰੈਸ਼ਨ ਦਾ ਕਾਰਨ ਹੈ, ਕੀ ਇਹਨੂੰ ਛੱਡ ਕੇ ਇਸ ਤੋਂ ਛੁਟਕਾਰਾ ਹੋ ਸਕਦਾ? ਜਵਾਬ ਹੈ ਹਾਂ। ਬੇਸ਼ੱਕ ਡਾਕਟਰ ਅੰਬੇਦਕਰ ਉਹਨਾਂ ਨੇ ਜ਼ਿੰਦਗੀ ਦੇ ਅਖੀਰਲੇ ਦਿਨਾਂ 'ਚ ਫੈਸਲਾ ਕੀਤਾ ਬੁੱਧ ਧਰਮ ਨੂੰ ਜੁਆਇਨ ਕਰਨ ਦਾ ਔਰ ਉਹਨਾਂ ਨੇ ਹਜ਼ਾਰਾਂ ਅਨੁਯਾਈਆਂ ਦੇ ਨਾਲ ਨਾਗਪੁਰ ਦੇ ਵਿੱਚ ਹੀ ਬੁੱਧ ਧਰਮ 'ਚੋਂ ਗਏ। ਪਰ ਅਸੀਂ ਸਮਝਦੇ ਹਾਂ ਬੁੱਧ ਧਰਮ ਇੱਕ ਖੂਬਸੂਰਤ ਧਰਮ ਹੈ ਔਰ ਉਹਦੇ ਬਾਰੇ ਕੋਈ ਨਹੀਂ ਹੈ, ਪਰ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਜਿਹੋ ਜਿਹਾ ਬੁੱਧ ਧਰਮ ਦਾ ਰੰਗ ਰੂਪ ਭਾਰਤ ਦੇ ਨਕਸ਼ੇ ਦੇ ਵਿੱਚ ਬ੍ਰਾਹਮਣਵਾਦੀਆਂ ਨੇ ਬਣਾ ਦਿੱਤਾ ਹੋਇਆ, ਉਹ ਬਹੁਤ ਸਾਰਾ ਕੋਈ ਵੱਖਰੇਵਾਂ ਸਥਾਪਿਤ ਨਹੀਂ ਕਰ ਪਾਇਆ। ਹਾਲਾਂ ਉਹਨਾਂ ਦੀਆਂ ਮਹਾਰਾਸ਼ਟਰ ਵਿਚਲੀਆਂ ਜਿਹੜੀਆਂ ਪ੍ਰੋਐਕਟਿਵ ਜਥੇਬੰਦੀਆਂ ਨੇ ਉਹ ਟੱਕਰ ਲੈਂਦੀਆਂ ਹਿੰਦੂਤਵੀਆਂ ਨਾਲ, ਪਰ ਅਸੀਂ ਇਹ ਸਮਝਦੇ ਹਾਂ ਕਿ ਜੇ ਅਲਟੀਮੇਟਲੀ ਬ੍ਰਾਹਮਣਵਾਦ ਦਾ ਟਾਕਰਾ ਕੋਈ ਕਰ ਸਕਦਾ ਹੈ ਆਪਣੀ ਪੂਰੇ ਰੂਪ ਦੇ ਨਾਲ ਵੀ ਔਰ ਵਿਚਾਰਧਾਰਾ ਨਾਲ ਵੀ, ਅਤੇ ਉਹ ਸਿੱਖ ਧਰਮ ਹੈ। ਔਰ ਇਸ ਬਾਰੇ ਬੇਸ਼ੱਕ ਸਾਡੀ ਨਲਾਇਕੀ ਹੈ, ਅਸੀਂ ਡਾਕਟਰ ਅੰਬੇਦਕਰ ਔਰ ਉਸ 'ਤੇ ਕਰੋੜਾਂ ਅਨੁਯਾਈਆਂ ਨੂੰ ਵੀ ਸਿੱਖੀ ਦੇ ਵਿਹੜੇ 'ਚੋਂ ਮੋੜਿਆ। ਅੱਜ ਵੀ ਅਸੀਂ ਹਾਲਾਂਕਿ ਪਿਛਲੇ ਹਫ਼ਤਿਆਂ 'ਚ ਕਿਹਾ ਕਿ ਭਾਈ ਦਲਿਤ, ਮੁਸਲਮਾਨ, ਈਸਾਈ, ਸਿੱਖ ਸਿੱਖ ਲੀਡਰਸ਼ਿਪ ਲੈਣ, ਪਰ ਪੰਜਾਬ 'ਚ ਕੁਸ਼ਕ ਨੂੰ ਛੱਡ ਕੇ ਜਿਹੜੇ ਇਹਦੀ ਇੰਪੋਰਟੈਂਸ ਨੂੰ ਸਮਝਦੇ ਨੇ। ਅਕਾਲੀ ਲੀਡਰਸ਼ਿਪ ਤਾਂ ਵੈਸੇ ਹੀ RSS ਦੇ ਖਾਤੇ 'ਚ ਪਈ ਹੋਈ ਹੈ ਔਰ ਵੱਡਾ ਤਬਕਾ ਜਿਹੜਾ ਹੈ ਉਹ ਅਨਅਵੇਅਰ ਹੈ ਵੀ ਕੀ ਆਲੇ ਦੁਆਲੇ ਚੱਲ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਕੋਈ ਸਿੱਖ ਧਰਮ 'ਚ ਆਉਣ ਲਈ ਕਿਸੇ ਅਕਾਲੀ ਲੀਡਰ ਤੋਂ, ਕਿਸੇ ਤੋਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ। ਜੇ ਲੱਖਾਂ ਕਰੋੜਾਂ ਦਲਿਤ ਆਪਣੇ ਤੌਰ ਦੇ ਉੱਤੇ ਹੀ ਇਹ ਫੈਸਲਾ ਲੈਂਦੇ ਨੇ, ਕਿਉਂਕਿ ਇਹ ਜਿਹੜੀ ਕਿਰਪਾਨ ਹੈ ਅਲਟੀਮੇਟਲੀ ਬ੍ਰਾਹਮਣਵਾਦ ਦੇ ਨਾਲ ਜਿਹੜੀ 1-to-1 ਫਾਈਟ ਹੈ ਆਈਡੀਓਲੋਜੀਕਲ ਔਰ ਉਸ ਦੇ ਨਾਲ ਸਾਡਾ ਵੱਖਰਾ ਰੂਪ, ਇਹ ਬੜੀ ਅਹਿਮੀਅਤ ਵਾਲੀ ਗੱਲ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਜਦੋਂ ਵੀ ਕੋਈ ਦਲਿਤ ਭਾਈਚਾਰੇ ਦੇ ਵਿੱਚ ਵੀ ਕੋਈ ਆਦਮ ਕੱਦ ਨੇਤਾ ਉੱਠੇਗਾ ਜਿਹੜਾ ਇਸ ਗੱਲ ਨੂੰ ਸਮਝੇਗਾ ਔਰ ਸਿੱਖਾਂ ਦੇ ਵਿੱਚ ਵੀ ਇੰਨੀ ਚੇਤਨਤਾ ਹੋਏਗੀ, ਅਤੇ ਅਲਟੀਮੇਟਲੀ ਜਿਵੇਂ ਮੇਰੀ ਇਹ ਸਟੇਟਮੈਂਟ ਹੁੰਦੀ ਹੈ, ਸਿੱਖਸ ਆਫ ਦਾ ਦਲਿਤ, ਬਾਈ ਦਾ ਦਲਿਤ, ਫੋਰ ਦਾ ਦਲਿਤ, ਔਰ ਸਿੱਖੀ ਹੈ ਹੀ ਨਿਮਾਣਿਆਂ ਨਿਤਾਣਿਆਂ ਦਾ ਧਰਮ। ਔਰ ਅਸੀਂ ਭੈਣ ਜੀ ਪੁਸ਼ਪਾ ਹੀਰਵਾਲ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਨੇ ਸਾਨੂੰ ਲਿਖਿਆ। ਹਾਲਾਂ ਇਹਨੂੰ ਮੈਂ ਕਈ ਦਿਨਾਂ ਤੋਂ ਪੁਸ਼ ਕਰ ਰਿਹਾ ਸੀ, ਬੈਕ ਮੈਂ ਇੱਥੇ ਜ਼ਿਆਦਾ ਚਰਚਾ ਕਰਨਾ ਚਾਹੁੰਦਾ ਸੀ, ਪਰ ਹੁਣ ਤੁਸੀਂ ਸਿਗਨਲ ਦੇ ਦਿੱਤਾ ਵੀ ਟਾਈਮ ਹੋ ਗਿਆ, ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਪ੍ਰੋਗਰਾਮ ਦਾ ਅਖੀਰਲੇ ਪਲਾਂ ਵਿੱਚ ਤਾਂ ਸਰ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਜੀ ਦਾ ਸਲੋਕ ਗੌੜੀ 12, ਉਹਨਾਂ ਦਾ ਸ਼ਬਦ ਚੁਣਿਆ। ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ, ਸ਼ੂਰ ਕੇ ਸਨਮੁਖ ਰਣ ਤੇ ਡਰਪੈ, ਸਤੀ ਕੇ ਸਾਂਚੈ ਭਾਂਡੇ, ਡਗਮਗ ਛਾੜ ਰੇ ਮਨ ਬੌਰੈ, ਅਬ ਤੋ ਜਰੇ ਮਰੇ ਸਿੱਧ ਪਾਈਐ,
ਲੀਨੋ ਹਾਥ ਸੰਧੌਰਾ ਰਹਾਓ, ਕਾਮ ਕ੍ਰੋਧ ਮਾਇਆ ਕੇ ਲੀਨੇ, ਇਹ ਬਿਦ ਜਗਤ ਬਿਗੁੱਤਾ, ਕਹਿ ਕਬੀਰ ਰਾਜਾ ਰਾਮ ਨਾ ਛੋਡੋ, ਸਗਲ ਊਚ ਤੇ ਊਚਾ। ਇਸ ਸ਼ਬਦ ਦੇ ਵਿੱਚ ਕਬੀਰ ਸਾਹਿਬ ਨੇ ਇਹ ਸਪਸ਼ਟ ਸੁਨੇਹਾ ਦਿੱਤਾ ਕਿ ਰੱਬ ਵੱਲ ਜਦੋਂ ਮੂੰਹ ਕਰ ਲਈਏ ਤੇ ਫਿਰ ਮਨ ਦੇ ਵਿੱਚ ਕੋਈ ਡਗਮਗ ਵਾਲਾ, ਕੋਈ ਡੋਲਣ ਵਾਲਾ, ਇੱਧਰ ਜਾਵਾਂ ਕਿ ਉੱਧਰ ਜਾਵਾਂ, ਇਹ ਭਾਵ ਨਹੀਂ ਹੋਣਾ ਚਾਹੀਦਾ। ਇਸ ਲਈ ਉਹਨਾਂ ਨੇ ਦੋ ਜਿਹੜੇ ਨੇ ਤਿੰਨ ਜਾਂ ਦੋ ਮੁੱਖ ਤੌਰ ਦੇ ਉੱਤੇ ਅਲੰਕਾਰ ਇਸਤੇਮਾਲ ਕੀਤੇ ਨੇ। ਪਹਿਲਾ ਤਾਂ ਇਹ ਕਿ ਵੀ ਉਹ ਸੂਰਬੀਰ ਹੀ ਨਹੀਂ ਹੁੰਦਾ ਜਿਹੜਾ ਕਿ ਜੰਗ ਦੇ ਮੈਦਾਨ 'ਚ ਜਿਹੜਾ ਚਲਾ ਗਿਆ ਅਤੇ ਫਿਰ ਉਹ ਲੜਾਈ ਤੋਂ ਡਰੇ, ਫਿਰ ਤਾਂ ਅੱਬ ਤੋਂ ਜਰੇ ਮਰੇ ਸਿੱਧ ਪਾਈ ਹੈ, ਜਿਵੇਂ ਉਹਨਾਂ ਨੇ ਕਿਹਾ ਕਿ ਵੀ ਸੂਰਬੀਰ ਦੇ ਲਈ ਵੀ ਜੂਝ ਕੇ ਲੜ ਕੇ ਮਰਨਾ, ਅਤੇ ਦੂਸਰਾ ਉਹਨਾਂ ਨੇ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਸਤੀ ਦੀ ਰਸਮ ਜਿਹਦੇ 'ਚ ਸਤੀ ਨੂੰ ਪੂਰਾ ਪੂਜਾ ਕਰਕੇ ਔਰ ਉਸਨੂੰ ਫਿਰ ਇੱਕ ਉਹਦੇ ਹੱਥ 'ਚ ਸੰਧੂਰ ਦੇ ਨਾਲ ਜਿਹੜਾ ਰੰਗਿਆ ਹੋਇਆ ਨਾਰੀਅਲ ਫੜਾ ਦਿੱਤਾ ਜਾਂਦਾ ਸੀ, ਉਹਨੂੰ ਸੰਧੌਰਾ ਕਹਿੰਦੇ ਸੀ। ਜਦੋਂ ਉਹ ਆਪਣੇ ਹੱਥ 'ਚ ਫੜ ਲੈਂਦੀ ਸੀ ਫਿਰ ਉਹ ਨੇੜੇ ਆ ਕੇ ਭਾਵੇਂ ਉਹਦਾ ਜੀ ਨਾ ਵੀ ਸੜਨ ਨੂੰ ਕਰੇ ਉਹਨੂੰ ਚੁੱਕ ਕੇ ਸੁੱਟ ਦਿੰਦੇ ਸੀ ਕਿ ਜੀ ਇਹ ਹੁਣ ਸਤੀ ਹੈ ਹੀ ਹੈ। ਅਤੇ ਹੁਣ ਇਹਦੇ ਦੋਨਾਂ 'ਚ ਨੂੰ ਉਹਨਾਂ ਨੇ ਕਬੀਰ ਸਾਹਿਬ ਨੇ ਇਸਤੇਮਾਲ ਕੀਤਾ ਔਰ ਇਹ ਗੱਲ ਸਮਝਾਈ ਹੈ ਕਿ ਅਲਟੀਮੇਟਲੀ ਰੱਬ ਦੇ ਰਸਤੇ 'ਤੇ ਤੁਰਨ ਲੱਗਿਆ ਕੋਈ ਜਿਹੜਾ ਡੋਲਣਾ ਨਹੀਂ ਹੋਣਾ ਚਾਹੀਦਾ, ਮਜ਼ਬੂਤੀ ਹੋਏ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਕਿ ਹੇ ਮੇਰੇ ਮਨ ਤੂੰ ਭਰਮ 'ਚੋਂ ਨਿਕਲ, ਜ਼ਾਹਰਾ ਤੌਰ ਦੇ ਉੱਤੇ ਰੱਬ ਦੇ ਨਾਲ ਆਪਣੀ ਪ੍ਰੀਤ ਦੀ ਗੱਲ ਖੁੱਲ੍ਹੇਆਮ ਜਿਹੜੀ ਹੈ ਕਰ, ਪ੍ਰਗਟ ਹੋਏ ਨਾਚੋ। ਇਹ ਆ ਮਾਇਆ ਕੇ ਡਾਂਡੇ, ਕਿ ਉਹ ਮਾਇਆ ਦੇ ਠੱਗੇ ਹੋਏ ਬੰਦੇ ਮਾਇਆ 'ਚੋਂ ਨਿਕਲ, ਉਸ ਪਿਆਰੇ ਦੇ ਨਾਲ ਪ੍ਰੀਤ ਪਾ ਔਰ ਖੁੱਲ੍ਹ ਕੇ ਉਸ ਰੱਬ ਦੇ ਨਾਲ ਪ੍ਰੀਤ ਦਾ ਇਜ਼ਹਾਰ ਕਰ। ਉਹ ਬਹਾਦਰ ਨਹੀਂ ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸਾਂਚੇ ਭਾਂਡੇ। ਉਹ ਸੂਰਬੀਰ ਕਾਹਦਾ ਜਿਹੜਾ ਜੰਗ ਤੋਂ ਡਰਦਾ ਹੈ, ਅਤੇ ਜਿਹੜੀ ਸਤੀ ਹੋਣ ਚੱਲੀ ਹੈ ਉਹ ਜੇ ਭਾਂਡੇ ਇਕੱਠੀ ਕਰਦੇ ਫਿਰੇ ਘਰ ਦੇ ਕਿ ਜੀ ਮੈਂ ਆਹ ਵੀ ਲੈਣਾ, ਮੇਰਾ ਪਤੀਲਾ ਰਹਿ ਗਿਆ, ਮੇਰਾ ਦੂਜਾ, ਇਹਦਾ ਮਤਲਬ ਹੈ ਉਹਦਾ ਮਰਨ ਨੂੰ ਜੀ ਨਹੀਂ ਕਰਦਾ। ਜੇ ਹੁਣ ਸਤੀ ਦਾ ਰਸਤਾ ਚੁਣਨਾ ਫਿਰ ਭਾਂਡਿਆਂ ਦਾ ਫਿਕਰ ਨਹੀਂ ਹੋਣਾ ਚਾਹੀਦਾ, ਜੇ ਜੰਗ ਦੇ ਮੈਦਾਨ 'ਚ ਪਹੁੰਚ ਗਏ ਫਿਰ ਜੂਝ ਕੇ ਸ਼ਹੀਦ ਹੋਣ ਦਾ ਚਾਅ ਹੋਣਾ ਚਾਹੀਦਾ। ਡਗਮਗ ਛਾੜ ਰਹੇ ਮਨ ਬੋਰਾ, ਇਹ ਮੇਰੇ ਮਨ ਬੋਰੇ ਸ਼ਦਾਈ, ਇਹ ਡਗਮਗ ਛੱਡ ਅੱਬ ਤੋਂ ਜਰੇ ਮਰੇ ਸਿੱਧ ਪਾਈਏ। ਹੁਣ ਤਾਂ ਮਰ ਕੇ ਹੀ ਛੁਟਕਾਰਾ ਹੋਣਾ, ਲੀਨੋ ਹਾਥ ਸੰਧੌਰਾ, ਕਿਉਂਕਿ ਹੱਥ ਦੇ ਵਿੱਚ ਸੰਧੂਰਿਆ ਹੋਇਆ ਨਾਰੀਅਲ ਫੜਿਆ ਹੋਇਆ ਜਿਵੇਂ ਸਤੀ ਨੇ ਫੜਿਆ ਹੁੰਦਾ ਸੀ। ਕਾਮ ਕ੍ਰੋਧ ਮਾਇਆ ਕੇ ਲੀਨੇ, ਕਿ ਇਹ ਮਨ ਨੂੰ ਕਿਹਾ ਵੀ ਤੂੰ ਕਾਮ ਅਤੇ ਕ੍ਰੋਧ ਦੀ ਮਾਇਆ ਦੇ ਵਿੱਚ ਠੱਗਿਆ ਹੋਇਆ, ਇਹ ਬਿਦ ਜਗਤ ਬਿਹੂਤਾ, ਇਹ ਸਾਰਾ ਜਗਤ ਜਿਹੜਾ ਇਹ ਕਾਮ ਕ੍ਰੋਧ ਦੀ ਅੱਗ ਦੇ ਵਿੱਚ ਸੜ ਰਿਹਾ, ਬਿਗੂਤਾ ਹੁੰਦਾ, ਖੁਆਰ ਹੋ ਰਿਹਾ। ਕਹਿ ਕਬੀਰ ਰਾਜਾ ਰਾਮ ਨਾ ਛੋਡੋ, ਸਗਲ ਊਚ ਤੇ ਊਚਾ। ਕਬੀਰ ਸਾਹਿਬ ਕਹਿੰਦੇ ਨੇ ਕੋਈ ਭਾਵੇਂ ਜਗਤ ਕਾਮ ਕ੍ਰੋਧ ਦੇ ਵਿੱਚ ਫਸਿਆ ਹੋਏ, ਕੋਈ ਹੋਰ ਦੁਨਿਆਵੀ ਮੋਹ ਦੇ ਵਿੱਚ ਹੋਏ, ਪਰ ਮੈਂ, ਕਬੀਰ ਸਾਹਿਬ ਕਹਿੰਦੇ ਨੇ, ਕਿਸੇ ਵੀ ਹਾਲਤ 'ਚ ਮੈਂ ਰਾਜਾ ਰਾਮ ਨਾ ਛੋਡੋ, ਜਿਹੜਾ ਵਾਹਿਗੁਰੂ ਹੈ ਉਸ ਦਾ ਪੱਲਾ ਨਹੀਂ ਛੱਡਾਂਗਾ। ਸਗਲ ਊਚ ਤੇ ਊਚਾ, ਉਹ ਵਾਹਿਗੁਰੂ ਸਭ ਉੱਚਿਆਂ ਤੋਂ ਵੀ ਉੱਚਾ, ਸਭ ਤੋਂ ਵੱਡਾ, ਔਰ ਮੇਰੇ ਲਈ ਉਸ ਰਸਤੇ ਦੇ ਉੱਤੇ ਮਜ਼ਬੂਤੀ ਦੇ ਨਾਲ ਬਿਨਾਂ ਜਿਹੜੀ ਹੈ ਉਹ ਇਫ ਐਂਡ ਬਟ ਕੀਤਿਆਂ, ਬਿਨਾਂ ਡੋਲਿਆਂ ਜਿਹੜਾ ਤੁਰਨਾ, ਇਹੀ ਜਿਹੜਾ ਮੇਰੇ ਮਨ ਦੀ ਚਾਹਨ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਰਸ ਕੋਲ ਲੈਣੇ ਇਜਾਜ਼ਤ। ਵਿਊਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ 'ਤੇ SOS@TV84.TV 'ਤੇ,
ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ, ਦੇਖਦੇ ਰਹੋ ਟੀਵੀ ਰਿਵੋ, ਬੁਲਾ ਦਿਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।